पंजाब सरकार साडे नाल कर रही है धक्का, साडे नाल धक्का हो रहा बहुत, पंजाब सरकार कर रही है। 2 बजे तक कोई जाली वोट नहीं सी, 2 बजे तो बाद इन्होंने सारिया जाली वोटा लिया लिस्ट, ना सानू अंदर जा रहे जान दे रहे ने, ना सानू धक्का कर रहे ने, उन्होंने लॉक ला लिया, सानू भी खुद अंदर नहीं जान दिता उन्होंने। ਇੱਥੇ ਸਾਡੇ ਜਿਹੜੀਆਂ ਨੇ ਬਈਆਂ ਦੀਆਂ ਵੋਟਾਂ ਪੈ ਰਹੀਆਂ ਨੇ। ਪਹਿਲਾਂ ਇਹਨਾਂ ਦੀਆਂ 3 ਨੰਬਰ ਵਾਰਡ ਦੇ ਵਿੱਚ ਵੋਟਾਂ ਸੀਗੀਆਂ, ਇਹਨਾਂ ਨੇ 2 ਵਜੇ ਤੋਂ ਬਾਅਦ ਉਹ ਜਿਹੜੀਆਂ ਵਾਰਡ ਚੇਂਜ ਕਰਤੀ, ਸਾਡੇ ਦੇ ਵਿੱਚ ਬਈਆਂ ਦੀਆਂ ਵੋਟਾਂ ਪਾਤੀਆਂ। ਇਹ ਤੁਸੀਂ ਦੱਸੋ ਇਹ ਕਿੱਦਾਂ ਹੋ ਸਕਦਾ? ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ। ਪ੍ਰਵਾਸੀ ਪਾ ਰਹੇ ਨੇ ਵੋਟਾਂ, ਇਹਨਾਂ ਨੇ ਸਾਨੂੰ ਪੁਲਿਸ ਪ੍ਰਸ਼ਾਸਨ ਨੇ ਰਲ ਕੇ ਤੇ ਦੂਜਿਆਂ ਨੇ ਰਲ ਕੇ ਨਾ ਵੋਟਾਂ ਸਾਡੀਆਂ ਰੱਦ ਕਰਵਾਈਆਂ। ਵੋਟਾਂ ਰੱਦ ਕਰਵਾਉਣ ਤੋਂ ਬਾਅਦ ਇਹਨਾਂ ਨੇ ਸਾਨੂੰ ਜੇ ਅਸੀਂ ਕਾਰਵਾਈ ਦੇ ਵਿੱਚ ਮਤਲਬ ਵੋਟਾਂ ਪਿੱਛੇ ਅਸੀਂ ਬੋਲੇ ਇੱਥੇ ਆਣ ਕੇ ਵੀ ਤੁਸੀਂ ਸਾਡੀਆਂ ਵੋਟਾਂ ਰੱਦ ਕਰਵਾਈਆਂ, ਤੁਸੀਂ ਨਕਲੀ ਜਾਲੀ ਵੋਟਾਂ ਪਾ ਰਹੇ। 2 ਵਜੇ ਤੋਂ ਬਾਅਦ ਇਹਨਾਂ ਨੇ ਸਾਰੀਆਂ ਜਾਲੀ ਵੋਟਾਂ ਪਾਈਆਂ ਨੇ। ਕਥਿਤ ਤੌਰ ਤੇ ਜਾਲੀ ਵੋਟਾਂ ਪਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਪਿੰਡ ਖਰੇ ਤੋਂ ਕੁਝ ਉਮੀਦਵਾਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਸਰਕਾਰ ਤੇ ਵਿਧਾਇਕ ਤੇ ਗੰਭੀਰ ਦੋਸ਼ ਲਗਾਏ ਨੇ। ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੇ ਪਹਿਲਾਂ ਸਰਪੰਚੀ ਦੇ ਉਮੀਦਵਾਰ ਦੇ ਕਾਗਜ਼ ਰੱਦ ਕਰਵਾਏ ਤੇ ਹੁਣ ਪੰਚਾਇਤ ਦੀਆਂ ਚੋਣਾਂ ਵਿੱਚ ਵੀ ਧੱਕੇਸ਼ਾਹੀ ਕਰ ਰਹੇ ਨੇ, ਕਿਉਂਕਿ ਉਹਨਾਂ ਦੇ ਪਿੰਡ ਵਿੱਚ ਪ੍ਰਵਾਸੀਆਂ ਦੀਆਂ ਕਥਿਤ ਤੌਰ ਤੇ ਜਾਲੀ ਵੋਟਾਂ ਬਣਾ ਕੇ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਪਵਾਈਆਂ ਜਾ ਰਹੀਆਂ ਨੇ। ਉਹਨਾਂ ਕਿਹਾ ਕਿ ਜਦੋਂ ਉਹਨਾਂ ਵੱਲੋਂ ਵਿਰੋਧ ਕੀਤਾ ਗਿਆ ਤਾਂ ਪੁਲਿਸ ਮੁਲਾਜ਼ਮਾਂ ਵੱਲੋਂ ਵੀ ਉਹਨਾਂ ਨਾਲ ਦੁਰਵਿਵਹਾਰ ਕੀਤਾ ਗਿਆ ਅਤੇ ਉਮੀਦਵਾਰਾਂ ਨੂੰ ਪੋਲਿੰਗ ਸਟੇਸ਼ਨ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ, ਜਿਸ ਕਰਕੇ ਸਥਾਨਕ ਲੋਕਾਂ ਵੱਲੋਂ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ ਹੈ ਅਤੇ ਉਹਨਾਂ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪਿੰਡ ਦੀ ਪੰਚਾਇਤ ਦੀ ਚੋਣ ਰੱਦ ਕਰਵਾ ਕੇ ਪਾਰਦਰਸ਼ੀ ਢੰਗ ਨਾਲ ਦੁਬਾਰਾ ਵੋਟਾਂ ਪਵਾਈਆਂ ਜਾਣ। ਮੇਰਾ ਨਾਮ ਜਸਵੀਰ ਕੌਰ ਹੈ, ਮੈਂ ਪਿੰਡ ਖਰੇ ਵਿੱਚ 5 ਦੀ ਵੋਟ ਵਾਰਡ ਨੰਬਰ 4 ਦੇ ਵਿੱਚ ਉਮੀਦਵਾਰ ਹਾਂ। ਸਾਡੇ ਨਾਲ ਧੱਕਾ ਹੋ ਰਿਹਾ ਬਹੁਤ, ਪੰਜਾਬ ਸਰਕਾਰ ਕਰ ਰਹੀ ਹੈ। 2 ਵਜੇ ਤੱਕ ਕੋਈ ਜਾਲੀ ਵੋਟ ਨਹੀਂ ਸੀ, 2 ਵਜੇ ਤੋਂ ਬਾਅਦ ਇਹਨਾਂ ਨੇ ਸਾਰੀਆਂ ਜਾਲੀ ਵੋਟਾਂ ਲਿਆਂਦੀ ਲਿਸਟ, ਨਾ ਸਾਨੂੰ ਅੰਦਰ ਜਾਣ ਦੇ ਰਹੇ ਨੇ, ਨਾ ਸਾਨੂੰ ਧੱਕਾ ਕਰ ਰਹੇ ਨੇ, ਉਹਨਾਂ ਨੇ ਲੋਕ ਲਾ ਲਿਆ, ਸਾਨੂੰ ਵੀ ਖੁਦ ਅੰਦਰ ਨਹੀਂ ਜਾਣ ਦਿੱਤਾ ਉਹਨਾਂ ਨੇ। ਪ੍ਰਸ਼ਾਸਨ ਧੱਕਾ ਕਰ ਰਹੀ ਹੈ, ਸਾਨੂੰ ਧੱਕੇ ਮਾਰ ਰਹੇ ਨੇ, ਸਾਨੂੰ ਕੋਈ ਸੁਣਵਾਈ ਨਹੀਂ ਹੋ ਰਹੀ, ਸਾਡੀ ਕੋਈ ਸੁਣਵਾਈ ਨਹੀਂ ਹੋਈ, ਸਾਨੂੰ ਤਾਂ ਵੋਟਾਂ ਰੱਦ ਚਾਹੀਦੇ ਨੇ, ਵੋਟਾਂ ਰੱਦ ਕਰੋ। ਵਰਿੰਦਰਪਾਲ ਸਿੰਘ ਆ ਮੇਰੇ ਪਾਪਾ, 1 ਨੰਬਰ ਵਾਰਡ ਤੋਂ ਫੜੇ ਨੇ ਨਰਿੰਦਰ ਸਿੰਘ 25 ਦੀ ਉਮੀਦਵਾਰ ਲਈ। ਇੱਥੇ ਸਾਡੇ ਜਿਹੜੀਆਂ ਨੇ ਬਈਆਂ ਦੀਆਂ ਵੋਟਾਂ ਪੈ ਰਹੀਆਂ ਨੇ। ਪਹਿਲਾਂ ਇਹਨਾਂ ਦੀਆਂ 3 ਨੰਬਰ ਵਾਰਡ ਦੇ ਵਿੱਚ ਵੋਟਾਂ ਸੀਗੀਆਂ, ਇਹਨਾਂ ਨੇ 2 ਵਜੇ ਤੋਂ ਬਾਅਦ ਉਹ ਜਿਹੜੀਆਂ ਵਾਰਡ ਚੇਂਜ ਕਰਤੀ, ਸਾਡੇ ਦੇ ਵਿੱਚ ਬਈਆਂ ਦੀਆਂ ਵੋਟਾਂ ਪਾਤੀਆਂ। ਇਹ ਤੁਸੀਂ ਦੱਸੋ ਇਹ ਕਿੱਦਾਂ ਹੋ ਸਕਦਾ? ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ। ਰਾਤੋ ਰਾਤ ਇਹਨਾਂ ਨੇ ਨਵੀਆਂ ਵੋਟਾਂ ਕਿਵੇਂ ਤਿਆਰ ਕਰਤੀਆਂ? ਪੁਲਿਸ ਵਾਲੇ ਧੱਕਾ ਕਰ ਰਹੇ ਨੇ, ਨਾ ਸਾਨੂੰ ਅੰਦਰ ਜਾਣ ਦੇ ਰਹੇ ਨੇ, ਅੰਦਰੋਂ ਬਾਹਰ ਕੱਢ ਰਹੇ ਨੇ, ਸਾਡੇ ਫੋਨ ਉਹਨਾਂ ਨੇ ਫੜ ਲਏ, ਕੋਈ ਸੁਣਵਾਈ ਨਹੀਂ ਸਾਡੀ ਕਰ ਰਹੇ ਹੈਗੇ। ਨਾਮ ਦਿਲਪ੍ਰੀਤ ਕੌਰ ਹੈ, ਮੈਂ ਵੋਟਾਂ ਪਾਉਣ ਦੇ ਵਾਸਤੇ ਮੇਰੇ ਉਮੀਦਵਾਰਾਂ ਦੇ ਨਾਲ ਗਈ ਸੀ। ਇਹਨਾਂ ਨੇ ਸਾਨੂੰ ਪੁਲਿਸ ਪ੍ਰਸ਼ਾਸਨ ਨੇ ਰਲ ਕੇ ਤੇ ਦੂਜਿਆਂ ਨੇ ਰਲ ਕੇ ਨਾ ਵੋਟਾਂ ਸਾਡੀਆਂ ਰੱਦ ਕਰਵਾਈਆਂ। ਵੋਟਾਂ ਰੱਦ ਕਰਵਾਉਣ ਤੋਂ ਬਾਅਦ ਇਹਨਾਂ ਨੇ ਸਾਨੂੰ ਜੇ ਅਸੀਂ ਕਾਰਵਾਈ ਦੇ ਵਿੱਚ ਮਤਲਬ ਵੋਟਾਂ ਪਿੱਛੇ ਅਸੀਂ ਬੋਲੇ ਇੱਥੇ ਆਣ ਕੇ ਵੀ ਤੁਸੀਂ ਸਾਡੀਆਂ ਵੋਟਾਂ ਰੱਦ ਕਰਵਾਈਆਂ, ਤੁਸੀਂ ਨਕਲੀ ਜਾਲੀ ਵੋਟਾਂ ਪਾ ਰਹੇ। 2 ਵਜੇ ਤੋਂ ਬਾਅਦ ਇਹਨਾਂ ਨੇ ਸਾਰੀਆਂ ਜਾਲੀ ਵੋਟਾਂ ਪਾਈਆਂ ਨੇ, ਉਸ ਤੋਂ ਪਹਿਲਾਂ ਇਹਨਾਂ ਨੇ ਸਾਡੇ ਨਾਲ ਕੋਈ ਗੱਲ ਨਹੀਂ ਕਰੀ, ਕੋਈ ਬਾਤ ਨਹੀਂ। ਪੁਲਿਸ ਨੂੰ ਬੁਲਾ ਲਿਆ ਮੌਕੇ ਤੇ, ਇਹਨਾਂ ਨੇ ਪੁਲਿਸ ਬੁਲਾਈ, ਪੁਲਿਸ ਬੁਲਾ ਕੇ ਸਾਨੂੰ ਕੀ ਕਹਿੰਦੇ ਧੱਕੇ ਮਰਵਾਏ ਗਏ ਤੇ ਕੀ ਕਹਿੰਦੇ ਸਾਡੇ ਉਮੀਦਵਾਰਾਂ ਨੂੰ ਕਹਿੰਦੇ ਇੱਥੇ ਨਾ ਖੜੋ। ਉਹਨਾਂ ਦੇ ਉੱਥੇ ਸਾਰੇ ਉਮੀਦਵਾਰ ਸਾਰੇ ਉੱਥੇ ਹੀ ਖੜੇ ਸੀਗੇ, ਸਾਨੂੰ ਪੁਲਿਸ ਨੇ ਇੱਧਰ ਭਜਾ ਦਿੱਤਾ ਗਿਆ ਤੇ ਟਾਈਮ ਤੇ ਪੁਲਿਸ ਵਾਲੇ ਨੇ ਮੇਰਾ ਫੋਨ ਖੋਤਾ, ਖੋਏ ਕੇ ਫੋਨ ਤੇ ਮੈਨੂੰ ਧੱਕੇ ਮਾਰਨ ਦੀ ਕੋਸ਼ਿਸ਼ ਕੀਤੀ ਤੇ ਕਿ ਬੋਲੇ ਵੀ ਹਾਂ ਤੁਸੀਂ ਕੌਣ ਹੁੰਦੇ ਹੋ ਇੱਥੇ, ਵੀ ਪੂਰੇ ਟਾਈਮ ਦੇ ਉੱਪਰ ਨਾ ਤੁਸੀਂ ਗੇਟ ਦੇ ਅੰਦਰ ਜਾ ਸਕਦੇ ਨਾ ਬਾਹਰ, ਸਾਨੂੰ ਦੂਰ ਭਜਾ ਦਿੱਤਾ ਗਿਆ ਉੱਥੇ ਤੋਂ। ਸਾਨੂੰ ਇਹ 5 ਬਿਲਕੁਲ ਮਨਜ਼ੂਰ ਨਹੀਂ, ਤੁਸੀਂ ਕਿਰਪਾ ਕਰਕੇ ਇਹ ਵੋਟਾਂ ਰੱਦ ਕਰਵਾ ਦਿੱਤੀਆਂ ਜਾਣ। ਦੱਸ ਮੇਰੇ ਪਹਿਲੇ ਸਾਡੇ ਆਪਣੇ ਘਰ ਦੀਆਂ ਵੋਟਾਂ ਸਾਡੀਆਂ ਕਟਾਈਆਂ ਗਈਆਂ ਨਾਲ ਤੇ ਬਾਹਰੋਂ ਬਈਆਂ ਵਾਲੀਆਂ ਵੋਟਾਂ ਇੱਥੇ ਪਵਾ ਰਹੇ ਨੇ। ਯੂਪੀ ਬਿਹਾਰ ਦੇ ਭਈਏ ਸਾਡੀ ਫੈਕਟਰੀ ਲੱਗੀ ਇੱਥੇ ਪਲਾਈ ਵਾਲੀ, ਉਹਨਾਂ ਦੀਆਂ ਵੋਟਾਂ ਬਣਾ ਕੇ ਜਾਲੀ ਵੋਟਾਂ ਪਵਾ ਰਹੇ ਨੇ। ਆਹ ਵੋਟ ਨੰਬਰ ਨਹੀਂ ਹੈ,
ਉਹਦੇ ਉੱਤੇ ਵੋਟ ਨੰਬਰ ਕੋਈ ਨਹੀਂ ਹੈ ਬਿਨਾਂ ਵੋਟਾਂ ਦੇ ਅੱਲ ਰਾਤੋਂ ਰਾਤ ਬਣਾ ਕੇ ਵੋਟਾਂ ਪਵਾ ਰਹੇ ਪ੍ਰਸ਼ਾਸਨ ਧੱਕੇਸ਼ਾਹੀ ਕਰ ਰਿਹਾ ਸਾਡੇ ਨਾਲ ਬਿਲਕੁਲ ਧੱਕਾ ਹੋ ਰਿਹਾ